ਹੈਲੋ ਜੀ, ਅਸਲਾਮ ਵਾਲੇਕੁਮ। ਕੀ ਹਾਲ ਚਾਲ ਨੇ ਸਾਰਿਆਂ ਦੇ? ਉਮੀਦ ਕਰਦਾ ਸਾਰੇ ਵਧੀਆ ਹੋਣਗੇ ਜੀ। ਅਤੇ ਉੱਪਰ ਆਇਆ ਮੈਂ ਕਿ ਪਰਿੰਦਿਆਂ ਨੂੰ ਦਾਣਾ ਸ਼ਾਣਾ ਪਾ ਦਈਏ ਅਤੇ ਸ਼ਹਿਰ ਜਾਣਾ ਥੋੜ੍ਹੀ ਦੇਰ ਲਈ। ਥੋੜ੍ਹਾ ਕੰਮ ਆ ਉੱਥੋਂ, ਇੱਕ ਦੋ ਸਮਾਨ ਲੈ ਕੇ ਆਉਂਦੇ, ਉਹ ਲੈ ਕੇ ਆਉਂਦੇ ਹਾਂ ਅਤੇ ਤੁਹਾਨੂੰ ਸਾਰਾ ਸ਼ੇਅਰ ਕਰਦੇ ਹਾਂ। ਅਤੇ ਮੈਂ ਨੇ ਕਿਹਾ ਪਹਿਲੋਂ ਪਰਿੰਦਿਆਂ ਨੂੰ ਪਾਣੀ ਸ਼ਾਣੀ ਪਾਈਏ। ਅਤੇ ਮੌਸਮ ਵਰਗਾ ਥੋੜ੍ਹਾ ਠੰਡਾ ਠੰਡਾ ਬੱਦਲ ਜਿਹੇ ਹੋਏ ਆ, ਅਤੇ ਮੈਂ ਕਿਹਾ ਕੋਈ ਮੀਂਹ ਸ਼ੀ ਆਈ ਉੱਥੋਂ ਪਹਿਲੋਂ ਪਹਿਲੋਂ ਜਾਂਦੇ ਹਾਂ ਸ਼ਹਿਰ ਅਤੇ ਆਪਣਾ ਕੰਮ ਕੁੰਮ ਕਰਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਵੀ ਅੱਜ ਦਾ ਵਲੋਗ ਸ਼ੇਅਰ ਕਰਦੇ ਹਾਂ। ਆਈ ਹੋਪ ਤੁਸੀਂ ਇੰਜੋਏ ਕਰੋਗੇ। ਵੀਡੀਓ ਅੱਛੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈੱਲ ਆਈਕਨ ਦਬਾ ਦਿਓ ਤਾਂ ਕਿ ਅਸੀਂ ਅੱਛੀ ਅੱਛੀ ਵੀਡੀਓ ਬਣਾਉਂਦੇ ਰਹੀਏ। ਅਤੇ ਹੁਣ ਮੈਂ ਦਾਣੇ ਛਾਣੇ ਪਾ ਦਾਂ, ਬੱਦਲ ਹੀ ਹੋਏ ਆ ਅਤੇ ਕੱਪੜਾ ਅੱਗੇ ਲਾ ਦਈਏ ਸਹੀ ਤਰ੍ਹਾਂ, ਠੰਡ ਛੰਡ ਨਾ ਲੱਗੇ ਪੈਂਦਿਆਂ ਨੂੰ। ਇਹ ਲਓ ਜੀ, ਫਿਰ ਇਹ ਆ ਲਓ, ਯਹਾਂ ਪੇ ਇਸਕੋ ਹਮ ਲੋਕ ਲਗਾ ਦਿੱਤੇ ਹੈ। ਆਜ ਹਵਾ ਚੱਲ ਰਹੀ ਹੈ ਠੰਡੀ, ਇਹ ਦੇਖੋ ਯਹਾਂ ਸੇ ਬਾਹਰ ਨਿਕਲਾ ਕੱਪੜਾ, ਔਰ ਯਹਾਂ ਪੇ ਇਸਕੋ ਲਗਾ ਦਿੱਤੇ ਹੈ। ਇਹ ਦੇਖੋ ਪੱਕਾ ਕਾਮ ਕਰਦੀ ਹੈ। ਚਲੋ ਜੀ, ਅਭੀ ਹਮ ਲੋਕ ਜਾਤੇ ਹੈ ਨੀਚੇ। ਉਹ ਕਹਾਂ ਗਿਆ ਇਸਕੋ ਬੰਦ ਕਰਨੇ ਵਾਲਾ? ਚਲੋ ਇਸਕੋ ਲਗਾ ਕੇ ਬੰਦ ਕਰ ਦਿੱਤੇ ਹੈ। ਬੜਾ ਕੁਝ ਸੁਣਿਆ ਆਪਣੇ ਬਾਰੇ। तो फाइनली हम लोग पहुंच गए शहर। तो यहाँ पे ये हम लोगों ने टोकरी लेनी है, इसमें रखना है मेहंदी का सामान दुल्हन के लिए। तो यहाँ से बाय करते हैं, एक ये है इनके पास डिज़ाइन, और भी इनके पास चेक कर लेते हैं। और ये इन्होंने पेपर सा लगा हुआ है, हम लोग इनसे बात कर रहे हैं कि कोई इसके अंदर और पेपर लगेगा कि नहीं। तो कह रहे हैं यही इसका पेपर है और इसके ऊपर ऐसे सामान रखेंगे। और भी इनके पास देखते हैं और कौन सा डिज़ाइन है। और ये एक छाबा सा इनके पास है और ये एक स्क्वायर शेप में है। तो हम लोग, मुझे तो यही पसंद आया, इनसे रेट शेट पूछ लेते हैं, इनसे बात कर लेते हैं। तो फिर मैं आपके साथ शेयर करता हूँ कि हम लोगों ने कौन सा लिया और कितने का लिया। पैसे 800 का मंगा दें, 1000 गोल्ड का। गोल्ड सगो सही लगन दिया, गोल्ड प्यारा है। तो गोल्ड का की बना सो कर लो भाई ने, दे दियो कर कुर के। ਚਲੋ ਆਓ ਲਾਓ ਇਹਨੂੰ ਸਾਜ ਜੀ, ਨਹੀਂ ਗੋਲਡਨ ਨਹੀਂ ਹੁੰਦੀ, ਯੈਲੋ ਹੁੰਦਾ। ਆਹ ਪਿੰਕ ਪਿਆਰਾ ਲੱਗੇਗਾ। ਚਲੋ ਇਹ ਪਿੰਕ ਵਹਾਓ ਜੀ, ਪਿੰਕ ਨਹੀਂ ਯੈਲੋ, ਫਿਰ ਇਹਦੇ ਨਾਲ ਨਾ ਲਾਉਣੇ ਆ, ਇਹਦੇ ਨਾਲ ਦੇ ਪਿਆਰਾ ਲੱਗਣਾ। ਹਾਂ ਹੋਰੀ ਨਾ, ਹਾਂ ਸਹੀ ਹੈ ਨਾ, ਇਹ ਗੋਲਡਨ ਨਾਲ ਅੱਛਾ ਲੱਗੂ, ਗੋਲਡਨ ਨਾਲ ਅੱਛਾ ਲੱਗੂਗਾ, ਖੱਟਾ ਆਹ ਮੂੰਹ ਵੇਖਣ ਵਾਲਾ। ਹੁਣ 700 ਅਸੀਂ ਗਿਆ, ਤੇ ਮੁਨਾਸਾ ਵੀ ਕੀਤਾ ਅਸੀਂ, ਕਿਹੜਾ ਤੁਹਾਨੂੰ 500 ਗਿਆ? ਨਹੀਂ ਭਾਈ, ਮੈਂ ਤੁਹਾਨੂੰ ਇਹਦਾ 1000 ਦੱਸ ਕੇ 900 ਕੀਤਾ ਸੀ। ਕੋਈ ਨੀ ਕੋਈ ਨੀ, ਸਟੂਡੈਂਟ ਬੰਦੇ ਨਾਲ ਪਿਆਰ ਕਰੀਦਾ। ਦੁਬਈ ਚ ਹੋਇਆ ਸੀ, ਪਤਾ ਨਹੀਂ ਬਹੁਤ ਤੇਜ਼ ਸੀ, ਰਾਈ ਜਾਂਦਾ ਸੀ ਉਹ। ਤਾਂ ਮੇਰੇ ਕੋਲ 2-3 ਵਾਰੀ ਮਾਲ ਲੈ ਗਿਆ, ਟੋਕਰੀਆਂ ਲੈ ਗਿਆ, ਛਾਬੇ ਜਿਹੜੇ ਬਾਹਰ ਜਿਹੜੇ ਪਏ ਉਹ ਲੈ ਗਿਆ ਸੀ ਮੇਰੇ ਕੋਲ। ਅਸੀਂ ਬਾਅਦ ਚ ਉਦਾਂ ਹੀ ਮਾਲ ਨਹੀਂ ਆਣਾ, ਤੁਸੀਂ ਕੀ ਕਰਨਾ? ਇਹ ਸਮਾਨ ਨਹੀਂ ਰੱਖਣਾ? ਨਹੀਂ ਆ ਤੇ ਫਿਰ ਇੱਥੋਂ ਵਿੱਚ ਬਾਹਰ ਰੱਖ ਦਈਏ। ਹਾਂ ਬਸ ਸਹੀ,
ਤੈਨੂੰ ਤੇਰਾ ਨਹੀਂ ਲੱਭਣਾ।